ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਾਰਤ। ਅੱਜ ਇੱਕ ਵਧਾਈ ਦੇਣੀ ਚਾਹੁੰਦੇ ਹਾਂ ਸਾਡੇ ਹੁਸ਼ਿਆਰਪੁਰ ਦੇ ਬਹੁਤ ਹੀ ਜਿੱਦਾਂ ਕਹਿ ਲਓ ਪਾਪੂਲਰ ਮਸ਼ਹੂਰ ਚੈਨਲ ਸਟੈਲਰ ਨਿਊਜ਼ ਦੇ 9 ਸਾਲ ਸਫਲਤਾਪੂਰਵਕ ਜੋ ਇਹਨਾਂ ਨੇ ਕੰਮ ਕੀਤਾ, ਸਮਾਜ ਸੇਵਾ ਕੀਤੀ ਆ, ਜੋ ਸਮਾਜ ਦੇ ਮੁੱਦੇ ਚੱਕੇ ਆ, ਇਹਨਾਂ ਨੂੰ ਵਧਾਈ ਦੇਣੀ ਚਾਹੁੰਦੇ ਹਾਂ। ਲੋਕ ਮੁੱਦਿਆਂ ਨਾਲ ਇਹਨਾਂ ਨੇ ਆਪਣੇ ਜੋ 9 ਸਾਲ ਆ ਬਹੁਤ ਹੀ ਸਫਲਤਾਪੂਰਵਕ ਕੱਢਿਆ, ਔਰ ਆਪਾਂ ਇਹਨਾਂ ਨੂੰ ਵਧਾਈ ਦੇਣੀ ਚਾਹੁੰਦੇ ਹਾਂ ਕਿ ਇੱਦਾਂ ਹੀ ਦਿਨ ਦੁੱਗਣੀ ਰਾਤ ਚੌਗਣੀ ਤੁਸੀਂ ਤਰੱਕੀ ਕਰੋ, ਔਰ ਲੋਕ ਮੁੱਦੇ ਚੱਕਦੇ ਰਹੋ, ਔਰ ਵਧੋ ਫੁੱਲੋ। ਔਰ ਲੋਕਾਂ ਨੂੰ ਵੀ ਇੱਕ ਅਪੀਲ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਔਰ ਪ੍ਰਮੋਟ ਕਰਿਆ ਕਰੋ, ਕਿਉਂਕਿ ਸਾਡੇ ਹੁਸ਼ਿਆਰਪੁਰ ਦਾ ਇੱਕ ਇਹ ਚੈਨਲ ਆ ਜੋ ਮਾਨਤਾ ਪ੍ਰਾਪਤ ਆ। ਬਾਕੀ ਤਾਂ ਸਾਰੇ ਕੋਈ ਯੂਟਿਊਬ ਆ ਜਾਂ ਕੁਛ ਆ, ਉਹਨੇ ਆਪਣੇ ਚੈਨਲ ਬਣਾਏ ਹੋ ਆ, ਠੀਕ ਹੈ ਜੀ, ਉਹਨੇ ਆਪਣੇ ਬਣਾਏ ਹੋ ਆ। ਇਹ ਸਿਰਫ ਇੱਕੋ ਹੀ ਇੱਕ ਚੈਨਲ ਆ ਸਟੈਲਰ ਨਿਊਜ਼ ਜੋ ਹੁਸ਼ਿਆਰਪੁਰ ਦਾ ਮਾਨਤਾ ਪ੍ਰਾਪਤ ਰਿਹਾ, ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ। ਸੋ ਮੈਂ ਇੰਨੀਆਂ ਗੱਲਾਂ ਕਹਿਣੀਆਂ ਸੀ, ਇੱਕ ਵਾਰ ਫਿਰ ਲੱਖ ਲੱਖ ਵਧਾਈ ਦਿੰਦਾ ਸਟੈਲਰ ਪਰਿਵਾਰ ਨੂੰ। ਸੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਾਰਤ।